ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਰ ਵੀ ਗ੍ਰਾਫੀ ਦੇ ਵਿੱਚ। ਨੀਚੇ ਦਿੱਤੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ 'ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਉਸਦੇ ਬੈਲ ਦਾ ਆਈਕਨ ਆਵੇਗਾ, ਉਸ 'ਤੇ ਕਲਿੱਕ ਕਰੋ ਤਾਂ ਜੋ ਤੁਹਾਨੂੰ ਸਾਡੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਆਓ ਦੇਖਦੇ ਹਾਂ ਅੱਜ ਦੀ ਇਹ ਵੀਡੀਓ। ਤੂੰ ਲੇਟ ਹੋ ਗਈ। ਅੱਛਾ ਅੱਛਾ, ਚੱਲ ਠੀਕ ਆ, ਟਿਊਸ਼ਨ ਤੇ ਟਾਈਮ ਨਾ ਆਇਆ ਕਰੋ, ਬਹਿ ਜਾ। ਸਾਨੂੰ ਸਭਾ ਦੀਆਂ ਛੁੱਟੀਆਂ ਨੇ। ਅੱਛਾ, ਤੇ ਹੁਣ ਮੈਨੂੰ ਇਹ ਦੱਸੋ ਪਹਿਲਾਂ ਸਭਾ ਦੀਆਂ ਛੁੱਟੀਆਂ ਹੁੰਦੀਆਂ ਕਾਹਦੀਆਂ ਨੇ? ਵੀਰੇ ਮੈਂ ਦੱਸਾਂ? ਹਾਂਜੀ ਹਾਂਜੀ ਦੱਸੋ। ਵੀਰੇ ਉਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਸ਼ਹੀਦ ਹੋਏ ਸੀ, ਜਿਹਦੇ ਕਰਕੇ ਫਤਿਹਗੜ੍ਹ ਸਾਹਿਬ ਵਿੱਚ ਇਕੱਠ ਹੋ ਗਏ। ਵੀਰੇ ਸਾਹਿਬਜ਼ਾਦਿਆਂ ਨੇ ਐਡੀ ਵੱਡੀ ਸ਼ਹੀਦੀ ਦਿੱਤੀ ਹੈ, ਫਿਰ ਵੀ ਉਹ ਕਿਹੜੇ ਲੋਕ ਨੇ ਜਿਹੜੇ ਗੁਰਦੁਆਰੇ ਨਹੀਂ ਜਾਂਦੇ? ਵੀਰੇ ਜਿਹੜੇ ਲੋਕ ਮਰ ਚੁੱਕੇ ਨੇ। ਨਹੀਂ ਨਹੀਂ ਜਿਨ੍ਹਾਂ ਦੀ ਲੱਤਾਂ ਨਹੀਂ, ਜਿਹੜੇ ਸਿੱਖ ਨਹੀਂ। ਚਲੋ ਠੀਕ ਆ ਠੀਕ ਆ, ਤੇ ਹੁਣ ਸਟੱਡੀ ਕਰੋ, ਬਾਕੀ ਗੱਲਾਂ ਹੁਣ ਬਾਅਦ ਚ ਕਰਾਂਗੇ ਆਪਾਂ। ਵੀਰੇ ਜਿਹੜੇ ਲੋਕ ਮਰ ਨਹੀਂ ਨਹੀਂ ਜਿਨ੍ਹਾਂ ਦੀ ਲੱਤਾਂ ਨਹੀਂ, ਜਿਹੜੇ ਸਿੱਖ ਨਹੀਂ। ਕਿ ਮੈਂ ਇਹਨਾਂ ਗੱਲਾਂ ਵਿੱਚ ਆਉਣਾ, ਕੀ ਮੈਂ ਸਿੱਖ ਨਹੀਂ? ਗੁਰੂ ਜੀ ਦੀ ਕਿਰਪਾ ਨਾਲ ਮੈਂ ਤੰਦਰੁਸਤ ਹਾਂ, ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੀ ਸਿੱਖ ਕੌਮ ਨੂੰ ਜ਼ਿੰਦਾ ਰੱਖਣ ਲਈ ਕਿੰਨਾ ਕੁਝ ਕੀਤਾ, ਅਤੇ ਇੱਕ ਅਸੀਂ ਹਾਂ ਜੋ ਸਿੱਖ ਹੋ ਕੇ ਵੀ ਗੁਰਦੁਆਰੇ ਨਹੀਂ ਜਾਂਦੇ। ਮੈਨੂੰ ਤਾਂ ਇਹਨਾਂ ਗੱਲਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ, ਪਰ ਹੁਣ ਤੁਸੀਂ ਸੋਚੋ ਕਿ ਤੁਸੀਂ ਤਾਂ ਨਹੀਂ ਬੱਚਿਆਂ ਦੀਆਂ ਇਹਨਾਂ ਗੱਲਾਂ ਵਿੱਚ ਆ ਰਹੇ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਵਾਰਤਾ, ਇੱਥੋਂ ਤੱਕ ਕਿ ਸਾਹਿਬਜ਼ਾਦਿਆਂ ਨੇ ਵੀ ਨਿੱਕੀ ਉਮਰੇ ਇੰਨੀ ਵੱਡੀ ਕੁਰਬਾਨੀ ਦਿੱਤੀ। ਕਿਹਦੀ ਖਾਤਰ? ਸਾਡੀ ਖਾਤਰ। ਸੋ ਮੈਂ ਬੇਨਤੀ ਕਰਦਾ ਹਾਂ ਕਿ ਦਿਨ ਵਿੱਚ ਟਾਈਮ ਕੱਢ ਕੇ ਇੱਕ ਵਾਰੀ ਗੁਰੂ ਘਰ ਜ਼ਰੂਰ ਜਾਇਆ ਕਰੋ। ਮੈਂ ਆਪਣੇ ਗੁਰੂਆਂ ਦੀ ਕੁਰਬਾਨੀ ਨੂੰ ਨਹੀਂ ਭੁੱਲ ਸਕਦਾ, ਅਤੇ ਉਮੀਦ ਕਰਦਾ ਹਾਂ ਤੁਸੀਂ ਵੀ ਨਹੀਂ ਭੁੱਲੋਗੇ। ਦੋਸਤੋ, ਅਸੀਂ ਕੋਸ਼ਿਸ਼ ਕੀਤੀ ਹੈ ਉਹਨਾਂ ਵੀਰ ਭੈਣਾਂ ਨੂੰ ਕੁਝ ਸਮਝਾਉਣ ਦੀ ਜੋ ਕਿ ਸਿੱਖ ਹੋ ਕੇ ਵੀ ਗੁਰੂ ਘਰ ਤੋਂ ਬੇਮੁੱਖ ਨੇ। ਸੋ ਉਮੀਦ ਕਰਦੇ ਹਾਂ ਅੱਜ ਦੀ ਇਹ ਵੀਡੀਓ ਸਾਨੂੰ ਬਹੁਤ ਕੁਝ ਸਿਖਾ ਕੇ ਗਈ ਹੋਵੇਗੀ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਲਾਈਕ ਜ਼ਰੂਰ ਕਰਿਓ, ਆਪਣੇ ਪਿਆਰੇ ਪਿਆਰੇ ਕਮੈਂਟ ਜ਼ਰੂਰ ਕਰਿਓ, ਅਤੇ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਹਰ ਉਸ ਇਨਸਾਨ ਤੱਕ ਪਹੁੰਚ ਸਕੇ ਜੋ ਕਿ ਅੱਜ ਸਿੱਖ ਹੋ ਕੇ ਵੀ ਸਿੱਖੀ ਤੋਂ ਦੂਰ ਹੈ।
ਅਤੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਨੀਚੇ ਦਿੱਤੇ ਹੋਏ ਲਾਲ ਰੰਗ ਦੇ ਬਟਨ 'ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ। ਉਸ ਦੇ ਨਾਲ ਬੈੱਲ ਆਈਕਨ ਆਵੇਗਾ, ਉਸ 'ਤੇ ਕਲਿੱਕ ਕਰੋ ਤਾਂ ਜੋ ਤੁਹਾਨੂੰ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ। ਇਸ ਦੇ ਨਾਲ ਨਾਲ ਇਹ ਦੋ ਵੀਡੀਓ ਜ਼ਰੂਰ ਦੇਖਣਾ। ਧੰਨਵਾਦ।